ਨਾਮ ਅਤੇ ਕੀ ਨਾਂ ਕੀ ਹੈ ਤੁਹਾਡਾ? ਹੇਮਾ। ਕਿਹੜਾ ਮਹੱਲਾ ਤੁਹਾਡਾ? ਏਕਤਾ ਨਗਰ ਗਲੀ ਨੰਬਰ 6। ਕੀ ਮੁਸ਼ਕਲ? ਕੀ ਮੁਸ਼ਕਲ ਆ ਜੇ ਸੀਵਰ ਬੈਕ ਹੋ ਜਾਂਦੇ ਸਾਡੇ ਘਰਾਂ ਦੇ ਅੱਗੇ, ਪਾਣੀ ਹੋ ਜਾਂਦਾ ਤੇ ਗੰਦ ਕੂੜਾ ਇਕੱਠਾ ਹੋ ਜਾਂਦਾ ਤੇ ਜਿੰਨਾ ਵੀ ਸਮਾਨ ਸਮੂਨ ਹੈ ਸਾਰੀ ਸਫਾਈ ਆਖਣੀ ਅਸੀਂ ਆਖਦੇ ਵੀ ਸਾਰੀ ਗਲੀ ਸਾਫ਼ ਹੋਣੀ ਚਾਹੀਦੀ ਹੈ, ਕੋਈ ਕੁਛ ਵੀ ਗਲੀ 'ਚ ਕੁਛ ਵੀ ਨਾ ਹੋਵੇ। ਹਾਂ, ਅਸੀਂ ਉਹ ਨਲਕੇ ਦਾ ਗੰਦਾ ਪਾਣੀ ਪੀਂਦੇ ਹਾਂ, ਟੰਕੀ 'ਚ ਗੰਦਾ ਪਾਣੀ ਆਉਂਦਾ। ਹਾਂ, ਆਹੀ ਸਾਡੀ ਹੈਗੀ। ਮਾਤਾ ਜਿਵੇਂ ਕੰਮ ਕਰਦੇ ਆ ਲੋਕ ਇਸੇ ਮਹੱਲੇ ਗਲੀ 'ਚ, ਕਦੇ ਉਹਨਾਂ ਨੂੰ ਨਹੀਂ ਕਿਸੇ ਆਖਿਆ ਵੀ ਤੁਸੀਂ ਬੰਦ ਕਰੋ? ਕੋਈ ਆਏ ਨਹੀਂ ਆਖਣ ਨੂੰ? ਕੋਈ ਵੀ ਨਹੀਂ ਸੁਣਾ ਮੱਟੀ ਨਹੀਂ ਲੈਂਦੇ, ਕਰਕੇ ਜਾਂਦੇ ਤੇ ਪੈਸੇ ਲੈ ਜਾਂਦੇ ਸਾਡੇ ਕੋਲ। ਸਿੱਧੀ ਗੱਲ ਮੈਂ ਆਖਦੀ ਹਾਂ, ਪੈਸੇ ਲੈ ਕੇ ਜਾਂਦੇ ਆ, ਸੀਵਰ ਸਾਫ਼ ਕਰਨ ਆਉਂਦੇ ਨਾ, ਚਾਹਣਾ ਹੋਣ ਨਾ ਚਾਹਣਾ ਹੋਣ ਦੇਣੇ ਪੈਂਦੇ। ਫਿਰ ਜਦੋਂ ਸੀਵਰ ਸਾਫ਼ ਕਰਕੇ ਅੱਜ ਕਰ ਗਏ ਤੇ ਕੱਲ ਫੇਰ ਚੱਲ ਗਿਆ। ਹਰ ਮਹੀਨੇ ਦਿੰਦੇ ਹੋ ਕਿ? ਹਰ ਮਹੀਨੇ ਨਹੀਂ, ਕੋਈ ਅਸੀਂ ਕਰਾਉਂਦੇ ਜਦੋਂ, ਹੁਣ ਕਿੰਨੇ ਬਹੁਤ ਜਦੋਂ ਵੀ ਕਰਾਉਂਦੇ, ਜਦੋਂ ਪੈਸੇ ਦੇ ਕੇ ਕਰਾਉਂਦੇ। ਕੋਈ ਨਾ ਕੋਈ ਐਮ ਸੀ ਆਉਂਦਾ ਇੱਥੇ ਗਲੀ 'ਚ, ਨਾ ਕੋਈ ਗਲੀ 'ਚ ਕੁਛ ਵੀ ਨੀ ਅਸੀਂ ਰੱਖਣ ਦਿੰਦੇ, ਬਸ ਆਹੀ ਆ ਮੇਰੀ। ਕੀ ਨਾਂ? ਕੀ ਬਾਈ? ਵਿੱਕੀ। ਜਿਹੜਾ ਇਹ ਮਤਲਬ ਇੰਨਾ ਗਲੀ ਦੇ ਵਿੱਚ ਪਾਣੀ ਖੜਦਾ ਜਾਂ ਤੁਸੀਂ ਜਿਵੇਂ ਦੂਜਾ ਪਾਣੀ ਸਟੋਰ ਕਰਦੇ, ਬਿਮਾਰੀਆਂ ਫੈਲਦੀਆਂ, ਕੀ ਕਾਰਨ ਕੀ ਹੈ ਜਿਹੜਾ ਪਾਣੀ? ਕਾਰਨ ਕੀ ਹੈ ਜੀ, ਇੱਥੇ ਸੀਵਰ ਭਰ ਜਾਂਦੇ ਆ, ਕੋਈ ਸੁਨਾਵਟ ਨਹੀਂ ਲੈਂਦੇ, ਸਾਰੇ ਪਾਸੇ ਜਾਂਦੇ ਆ, ਕਹਿ ਦਿੰਦੇ ਦੋਆਂ ਨੂੰ ਭੇਜ ਦਿੰਦੇ, ਫਛਾਕ ਮਾਰ ਕੇ ਚਲੇ ਜਾਂਦੇ ਆ, ਹੋਰ ਕੁਛ ਨਹੀਂ। ਆਹ ਦੇਖ ਲਓ, ਤੁਸੀਂ ਦੇਖੀ ਤੇ ਜਾਂਦੇ ਹੋ, ਇੱਧਰ ਵੀ ਦੇਖ ਲਓ, ਇੱਧਰ ਵੀ ਦੇਖ ਲਓ, ਸਾਰੇ ਨਾਲੀਆਂ ਭਰੀਆਂ ਪਈਆਂ। ਕੁਛ ਕਹਿਣ ਦਾ ਮਤਲਬ ਹੈ ਕੋਈ ਹੱਲ ਹੀ ਨਹੀਂ ਹੁੰਦਾ। ਅਸੀਂ ਐਮ ਸੀ ਕੋਲ ਜਾਈਏ, ਕਿਸੇ ਕੋਲ ਜਾਈਏ, ਕੋਈ ਹੱਲ ਹੀ ਨਹੀਂ ਪੈਂਦਾ ਕਿਸੇ ਗੱਲ ਦਾ, ਨਾ ਸੁਣਦੇ ਨਾ ਗੁਣਦੇ। ਸਾਨੂੰ ਕਹਿ ਦਿੰਦੇ ਆਨੇ ਆ, ਭੇਜਦੇ ਦੋ ਭੇਜ ਦਿੰਦੇ ਆ, ਉਹ ਪਛਾਕ ਜੀ ਮਾਰ ਕੇ ਚਲੇ ਜਾਂਦੇ ਜੀ, ਕੁਛ ਹੱਲ ਹੀ ਨਹੀਂ ਕਰਦੇ ਕੁਛ ਵੀ। ਹੁਣ ਤੁਸੀਂ ਮਸਲਾ, ਮੈਂ ਤਾਂ ਕਹਿੰਦਾ ਬਈ ਸਾਡੀ ਗਲੀ ਦਾ ਮਸਲਾ ਕਰਕੇ ਜਾਣ, ਪੂਰਾ ਮਸਲਾ ਕਰਕੇ ਜਾਣ। ਰੋਜ਼ ਹੀ ਸੀਵਰ ਭਰ ਜਾਂਦੇ ਆ, ਦੂਜੇ ਤੀਜੇ ਦਿਨ, ਨਾਲੇ ਫੋਟੋਆਂ ਵੀ ਭੇਜੀਆਂ ਹੋਈਆਂ, ਸਾਰੀ ਚੀਜ਼ਾਂ ਦੀਆਂ ਫੋਟੋਆਂ ਭੇਜੀਆਂ, ਨਾਲੇ ਐਮ ਸੀ ਨੂੰ ਵੀ, ਬਿੱਟੂ ਪ੍ਰਧਾਨ ਨੂੰ ਵੀ। ਕਿਹੜਾ ਮਹੱਲਾ? ਕਿਹੜਾ? ਏਕਤਾ ਨਗਰ 5 ਨੰਬਰ ਗਲੀ ਹੈ ਜੀ, ਏਕਤਾ ਨਗਰ 5 ਨੰਬਰ ਗਲੀ ਹੈ। ਸਾਰੇ ਕੁਛ ਨੂੰ ਆਖਿਆ ਜੀ, ਕਹਿ ਕੇ ਆਏ ਹਾਂ ਸਾਰੇ ਪਾਸੇ, ਨਾਲੇ ਬਾਰਡਰ ਬਸ ਦੇ ਵੀ ਕਹਿ ਕੇ ਆਏ ਹਾਂ, ਕੁਛ ਹੱਲਾ ਹੀ ਕਹਿ ਦਿੰਦੇ, ਭੇਜਦੇ ਅੱਜ ਤੱਕ ਭੇਜਦੇ ਹੀ ਨਹੀਂ। ਅਸੀਂ ਤਾਂ ਕਹਿੰਦੇ ਹਾਂ ਕਿਰਪਾ ਕਰਕੇ ਸਾਡੀਆਂ ਬਈ ਸੀਵਰ ਥੋੜ੍ਹੇ ਸਾਫ਼ ਕਰਕੇ ਜਾਣ, ਭਰ ਜਾਂਦੇ ਆ, ਤੁਸੀਂ ਦੇਖੀ ਜਾਂਦੇ ਹੋ, ਬਈ ਮਸ਼ੀਨ ਲਾ ਕੇ ਚੱਲ ਲਾ ਜਾਂਦੇ ਨੇ, ਮਸ਼ੀਨ ਵੀ ਨਹੀਂ ਲਾਉਂਦੇ, ਕੁਛ ਨਹੀਂ ਲਾਉਂਦੇ, ਇਕੱਲਾ ਫਚਾਕ ਮਾਰ ਕੇ ਜਾਂਦੇ ਆ। ਜਿਵੇਂ ਹੁਣ ਹੈਲਥ ਵਾਲੇ ਆਏ ਆ, ਡਾਕਟਰਾਂ ਦੀ ਟੀਮ ਜੋ ਦਵਾਈਆਂ ਛੜਕ ਰਹੇ ਆ, ਹੁਣ ਗੰਦਾ ਪਾਣੀ ਕਰਕੇ ਬਿਮਾਰੀਆਂ ਤਾਂ ਫੇਰ ਹੀ ਫੈਲਦੀ ਰਹਿੰਦੀ? ਫੈਲਦੀਆਂ ਜੀ, ਫੈਲਦੀਆਂ। ਮੈਂ ਤਾਂ ਕਹੀ ਜਾਂਦਾ ਬਈ ਅਸੀਂ ਆਪ ਹੀ ਬਿਮਾਰ ਹੋ ਜਾਂਦੇ ਹਾਂ, ਜਵਾਕ ਸਾਡੇ ਖੇਡਦੇ ਆ, ਖੇਡਦੇ ਗਲੀ ਦੇ ਵਿੱਚ ਖੇਡਦੇ ਆ, ਸਾਰੇ ਕਰਦੇ ਆ, ਫਿਰ ਕੀ ਕਰੀਏ? ਕੁਛ ਸੁਣਦਾ ਨਹੀਂ ਤਾਂ ਕੀ ਕਰੀਏ? ਫਿਰ ਜਾਣਾ ਪੈਂਦਾ, ਲੰਘਣਾ ਪੈਂਦਾ ਪਾਣੀ 'ਚ ਵੀ। ਤੁਹਾਡੀ ਗੱਲ ਬਿਲਕੁਲ ਸਹੀ ਹੈ, ਇਕੱਲਾ ਏਕਤਾ ਨਗਰ ਨਹੀਂ, ਏਕਤਾ ਨਗਰ ਦੀਆਂ ਕਰੀਬ 25 ਗਲੀਆਂ ਹੈ, ਪਰ ਉਹਨਾਂ 'ਚੋਂ ਜਿਹੜੀਆਂ 4 ਗਲੀਆਂ ਸਭ ਤੋਂ ਅਫੈਕਟਡ ਹੈ। ਉਹਦੇ ਤਕਨੀਕੀ ਤੌਰ 'ਤੇ 2 ਕਾਰਨ, ਇੱਕ ਤਾਂ ਉਹ ਗਲੀਆਂ ਨੋਰਮਲ ਲਾ ਲਓ ਜੀਟ ਰੋਡ ਨਾਲੋਂ, ਅਤੇ ਮੇਨ ਏਕਤਾ ਨਗਰ ਤੋਂ ਕਰੀਬ 2.25 ਫੁੱਟ ਨੀਵੀਂ ਹੈ। ਅਤੇ ਸਾਡਾ ਅੱਗੋਂ ਦੁੱਖ ਦੀ ਗੱਲ ਇਹ ਕਿ ਸਾਡੀ ਡਿਸਪੋਜ਼ਲ ਦਾ ਇਸ ਵੇਲੇ ਅਸੀਂ 20% ਐਫੀਸ਼ੀਐਂਸੀ ਚੱਲ ਰਹੀ ਹੈ। ਲੰਬੇ ਸਮੇਂ ਤੋਂ ਤੁਸੀਂ, ਤੁਹਾਨੂੰ ਪਹਿਲਾਂ ਵੀ ਦੱਸਦੇ ਰਹੇ ਹਾਂ ਕਿ ਜਿਹੜੀ ਮਸ਼ੀਨਰੀ ਹੈ 2015 ਤੋਂ ਬਦਲਣ ਵਾਲੀ ਸੀਗੀ, ਪਰ ਹੁਣ ਉਹ ਡਾਕਟਰ ਮੈਡਮ ਬਲਜੀਤ ਕੌਰ ਨੇ ਸਾਰਾ ਪ੍ਰੋਜੈਕਟ ਪਾਸ ਕਰਵਾ ਕੇ ਕੰਮ ਸ਼ੁਰੂ ਕਰਵਾ ਦਿੱਤਾ, ਅਤੇ 31 ਅਗਸਤ ਤੱਕ ਸਾਡੀ 3 ਡਿਸਪੋਜ਼ਲਾਂ ਦੀ ਮਸ਼ੀਨਰੀ ਫੁੱਲ ਚੱਲਣੀ ਸ਼ੁਰੂ ਹੋ ਜਾਏਗੀ।
ਥੋੜ੍ਹੇ ਦਿਨ ਉਹਨਾਂ ਲੋਕਾਂ ਨੂੰ ਸੰਤਾਪ ਝੇਲਣਾ ਪਵੇਗਾ, ਪਰ ਅਸੀਂ ਉਹਨਾਂ ਨੂੰ ਆਰਜ਼ੀ ਰਿਲੀਫ ਹਰ ਵੇਲੇ ਦਿੰਦੇ ਹਾਂ। ਪਾਣੀ ਰੋਜ਼ ਸਪਲਾਈ ਆਉਂਦੀ ਹੈ, ਲੋਕ ਥੋੜ੍ਹਾ ਜਿਹਾ ਉਹਨੂੰ ਮਤਲਬ ਕੰਟਰੋਲ ਵੀ ਨਹੀਂ ਕਰਦੇ, ਬਗੈਰ ਟੂਟੀਆਂ ਪਾਣੀ ਚੱਲਦਾ ਰਹਿੰਦਾ ਹੈ। ਅਤੇ ਉਹ ਨੀਵੀਆਂ ਗਲੀਆਂ 3 ਕੁ ਭਰਦੀਆਂ, ਉਹ ਅਸੀਂ ਰੋਜ਼ ਨਿਕਾਸੀ ਕਰਦੇ ਹਾਂ, ਪਰ ਪੂਰਾ ਜਿਹੜਾ ਅਸੀਂ ਉਹਨੂੰ ਫੈਸਿਲਿਟੀ ਦੇ ਸਕਾਂਗੇ ਜਾਂ ਸੁੱਕਾ ਰੱਖਾਂਗੇ ਉਹ 31 ਅਗਸਤ ਤੋਂ ਬਾਅਦ ਅਸੀਂ ਪੂਰੇ ਤੌਰ 'ਤੇ ਕਰ ਦੇਵਾਂਗੇ।